ਜਿਨ੍ਹਾਂ ਤਿੰਨਾਂ ਨੂੰ ਉਸੇ ਤਰ੍ਹਾਂ ਕੋਈ ਨਾਮ ਨਹੀਂ ਬਦਲਿਆ ਗਿਆ, ਉਹ ਤਿੰਨੇ ਸੈਂਟਰ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਇੱਥੇ, ਅਤੇ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਜਿਹੜਾ ਵਧੀਆ ਕਰਨ ਲਈ, ਸੁਚਾਰੂ ਰੂਪ 'ਚ ਚਲਾਉਣ ਲਈ ਇੱਕ ਡਾਇਰੈਕਟਰ ਇੱਥੇ ਦੇ ਦਿੱਤਾ ਗਿਆ। ਨਵਾਂ ਨਾਮ ਨਹੀਂ ਰੱਖਿਆ ਗਿਆ, ਜਿਹੜੀ ਲੋਕੇਸ਼ਨ ਹੈ ਉਹਨੂੰ ਦੱਖਣੀ ਪੰਜਾਬ ਹੈ, ਤਾਂ ਉਹਨੂੰ ਅਸੀਂ ਦੱਖਣੀ ਕੈਂਪਸ ਕਹਿ ਦਿੰਦੇ ਹਾਂ। ਯੂਨੀਵਰਸਿਟੀ ਦਾ ਉੱਥੇ ਜਿਹੜਾ ਮੇਨ ਕੈਂਪਸ ਆ, ਇਹ ਉਹਦਾ ਦੱਖਣੀ ਕੈਂਪਸ ਆ। ਸੋ ਉਹ ਨਾਮ ਨਹੀਂ ਹੈਗਾ ਕੋਈ, ਨਾਮ ਸਾਡਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ। ਤਿੰਨ ਸੈਂਟਰ ਸਾਡੇ ਚੱਲ ਰਹੇ ਨੇ, ਤਿੰਨ ਸੈਂਟਰ ਉਸੇ ਤਰ੍ਹਾਂ ਚੱਲ ਰਹੇ ਨੇ, ਕਿਸੇ ਦਾ ਨਵਾਂ ਨਾਮ ਨਹੀਂ ਰੱਖਿਆ ਜਾ ਰਿਹਾ। ਇੱਥੇ ਤਲਵੰਡੀ ਸਾਬੋ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਸ ਸਮੇਂ ਤਿੰਨ ਸੈਂਟਰ ਚੱਲ ਰਹੇ ਸਨ, ਇਸੇ ਤਰ੍ਹਾਂ ਉਹਨਾਂ ਦੇ ਹੋਰ ਸ਼ਹਿਰਾਂ ਵਿੱਚ ਵੀ ਹੋਰ ਬਹੁਤ ਸਾਰੇ ਸੈਂਟਰ ਚੱਲ ਰਹੇ ਨੇ। ਤੋ ਸੈਂਟਰ ਦੇ ਪ੍ਰਬੰਧ ਲਈ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਉਹਦਾ ਕੀਤਾ ਜਾਂਦਾ ਕਿ ਇੱਕ ਸੈਂਟਰ ਦਾ ਇੰਚਾਰਜ ਲਾਇਆ ਜਾਂਦਾ, ਅਤੇ ਉਹ ਫਿਰ ਮੇਨ ਯੂਨੀਵਰਸਿਟੀ ਜਿਹੜੀ ਪਟਿਆਲਾ ਹੈਗੀ ਆ ਉਹ ਉੱਥੋਂ ਸਾਰੀਆਂ ਗਾਈਡਲਾਈਨਸ ਲੈਂਦੇ, ਉੱਥੋਂ ਉਹਨਾਂ ਦੇ ਛੋਟੇ ਛੋਟੇ ਜਿਹੜੇ ਫਾਈਨੈਂਸ਼ੀਅਲ ਵੀ ਹੁੰਦੇ ਨੇ ਉਹ ਸਾਰੇ ਉੱਥੋਂ ਹੀ ਪਾਸ ਹੋਣੇ, ਸਾਰੀਆਂ ਉੱਥੋਂ ਫੈਸਲੇ ਆਉਂਦੇ ਨੇ। ਤੋ ਇੱਥੇ ਵਾਲੇ ਤਿੰਨ ਸੈਂਟਰਾਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਤਿੰਨ ਸੈਂਟਰ ਜਿਹੜੇ ਚੱਲ ਰਹੇ ਨੇ, ਗੁਰੂ ਕਾਸ਼ੀ ਕਾਲਜ ਚੱਲ ਰਿਹਾ, ਉਸ ਤੋਂ ਬਾਅਦ ਜਿਹੜਾ ਬਿਜ਼ਨਸ ਸਟੱਡੀਜ਼ ਦਾ ਸਕੂਲ ਜਿਹੜਾ ਹੈ ਯੂਨੀਵਰਸਿਟੀ ਸਕੂਲ ਆਫ ਬਿਜ਼ਨਸ ਸਟੱਡੀਜ਼ ਉਹ ਚੱਲ ਰਿਹਾ, ਅਤੇ ਤੀਸਰੇ ਨੰਬਰ 'ਤੇ ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਚੱਲ ਰਿਹਾ। ਤੋ ਤਿੰਨਾਂ ਸੈਂਟਰਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਐਫੀਸ਼ੀਐਂਟ ਬਣਾਉਣ ਲਈ ਉਹਨਾਂ ਨੂੰ ਇੱਕ ਅੰਬਰੇਲਾ ਹੇਠਾਂ ਇੱਥੇ ਲੈ ਆਂਦਾ ਗਿਆ, ਅਤੇ ਉਹਨਾਂ ਦਾ ਇੱਕ ਸਾਂਝਾ ਡਾਇਰੈਕਟਰ ਇੱਥੇ ਨਿਯੁਕਤ ਕਰ ਦਿੱਤਾ ਗਿਆ, ਅਤੇ ਉਸ ਡਾਇਰੈਕਟਰ ਨੂੰ ਵਧੇਰੇ ਪਾਵਰਾਂ ਦਿੱਤੀਆਂ ਗਈਆਂ ਤਾਂ ਕਿ ਉਹਨਾਂ ਦੇ ਜਿਹੜੇ ਰੋਜ਼ਮਰ੍ਹਾ ਦੇ ਜਿਹੜੇ ਕਈ ਸਾਰੇ ਫੈਸਲੇ ਹੁੰਦੇ ਸੀ ਛੋਟੇ ਛੋਟੇ ਫੈਸਲਿਆਂ ਲਈ ਉਹਨਾਂ ਨੂੰ ਪਟਿਆਲੇ ਤੋਂ ਇਜਾਜ਼ਤ ਲੈਣੀ ਪੈਂਦੀ ਸੀ, ਅਤੇ ਹੁਣ ਉਹਨਾਂ ਤਿੰਨਾਂ ਨੂੰ ਉਸੇ ਤਰ੍ਹਾਂ ਕੋਈ ਨਾਮ ਨਹੀਂ ਬਦਲਿਆ ਗਿਆ, ਉਹ ਤਿੰਨੇ ਸੈਂਟਰ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਇੱਥੇ, ਅਤੇ ਉਹਨਾਂ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਜਿਹੜਾ ਵਧੀਆ ਕਰਨ ਲਈ, ਸੁਚਾਰੂ ਰੂਪ 'ਚ ਚਲਾਉਣ ਲਈ ਇੱਕ ਡਾਇਰੈਕਟਰ ਇੱਥੇ ਦੇ ਦਿੱਤਾ ਗਿਆ, ਅਤੇ ਉਹਨਾਂ ਦੇ ਤਿੰਨਾਂ ਨੂੰ ਮਿਲਾ ਕੇ ਇੱਕ ਸਾਂਝਾ ਕੈਂਪਸ ਕਹਿ ਦਿੱਤਾ ਗਿਆ। ਪਹਿਲਾਂ ਉਹਨਾਂ ਦਾ ਆਪਣਾ ਆਪਣਾ ਕੈਂਪਸ ਸੀਗਾ, ਉਹਨਾਂ ਦਾ ਆਪਣਾ ਆਪਣਾ ਡਿਫਾਈਨਡ ਉਹਨਾਂ ਦਾ ਥਾਂ ਸੀਗਾ ਕਿ ਇਹ ਆ ਲੋਕੇਸ਼ਨ ਉਹਨਾਂ ਦੀ ਸੀ, ਤਾਂ ਉਹ ਤਿੰਨਾਂ ਨੂੰ ਮਿਲਾ ਕੇ ਇੱਕ ਸਾਂਝਾ ਕੈਂਪਸ ਬਣਾ ਦਿੱਤਾ ਗਿਆ, ਅਤੇ ਉਹ ਸਾਂਝੇ ਕੈਂਪਸ ਨੂੰ ਜਿਹੜਾ ਮੁੱਖ ਕੈਂਪਸ ਆ ਪਟਿਆਲੇ ਤੋਂ ਉਹਨੂੰ ਦੂਸਰੇ ਬਾਰੇ ਉਹਨੂੰ ਕਹਿਣ ਲਈ, ਇਹਨੂੰ ਵੱਖਰਾ ਕਰਨ ਲਈ ਇੱਥੇ ਦੀ ਜਿਹੜੀ ਲੋਕੇਸ਼ਨ ਆ ਉਹਨੂੰ ਦੱਖਣੀ ਪੰਜਾਬ ਹੈ, ਤਾਂ ਉਹਨੂੰ ਅਸੀਂ ਦੱਖਣੀ ਕੈਂਪਸ ਕਹਿ ਦਿੰਦੇ ਹਾਂ। ਯੂਨੀਵਰਸਿਟੀ ਦਾ ਉੱਥੇ ਜਿਹੜਾ ਮੇਨ ਕੈਂਪਸ ਆ ਇਹ ਉਹਦਾ ਦੱਖਣੀ ਕੈਂਪਸ ਆ। ਸੋ ਉਹ ਨਾਮ ਨਹੀਂ ਹੈਗਾ ਕੋਈ, ਨਾਮ ਸਾਡਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ। ਤਿੰਨ ਸੈਂਟਰ ਸਾਡੇ ਚੱਲ ਰਹੇ ਨੇ, ਤਿੰਨ ਸੈਂਟਰ ਉਸੇ ਤਰ੍ਹਾਂ ਚੱਲ ਰਹੇ ਨੇ, ਕਿਸੇ ਦਾ ਕੋਈ ਨਾਮ ਨਹੀਂ ਬਦਲਿਆ। ਓਪਨਿੰਗ ਕਰਾ ਰਹੇ ਹਾਂ, ਕੋਈ ਆਨਲਾਈਨ ਓਪਨਿੰਗ ਵੀ ਹੋ ਰਹੀ ਹੈ ਦੱਖਣੀ? ਹਾਂਜੀ, ਮੁੱਖ ਮੰਤਰੀ ਸਾਹਿਬ ਇਸ ਜਿਹੜਾ ਨਵਾਂ ਕੈਂਪਸ ਸਥਾਪਿਤ ਕੀਤਾ ਜਾ ਰਿਹਾ ਉਸ ਦਾ ਉਦਘਾਟਨ ਕਰ ਰਹੇ ਨੇ, ਕਿਉਂਕਿ ਉਹ ਜਿਹੜਾ ਨਵਾਂ ਕੈਂਪਸ ਸਥਾਪਿਤ ਕੀਤਾ ਗਿਆ ਉਹਦੇ ਕੋਲ ਉਹ ਪਾਵਰਾਂ ਪਹਿਲਾਂ ਨਹੀਂ ਸੀਗੀਆਂ। ਸੈਂਟਰ ਉਹੀ ਨੇ ਪਰ ਉਹ ਸੈਂਟਰਾਂ ਨੂੰ ਵਧੇਰੇ ਪਾਵਰਾਂ ਹੁਣ ਦੇ ਦਿੱਤੀਆਂ ਗਈਆਂ ਡਾਇਰੈਕਟਰ ਦੇ ਦੁਆਰਾ, ਉਹ ਬਹੁਤ ਸਾਰੇ ਵੱਡੇ ਫੈਸਲੇ ਵੀ ਇੱਥੇ ਹੀ ਲੈ ਸਕਣਗੇ। ਸਰ ਕਦੋਂ ਉਦਘਾਟਨ ਹੋ ਰਿਹਾ, ਕਦੋਂ ਕਰਨਾ ਮੁੱਖ ਮੰਤਰੀ? ਇਹਦਾ 1 ਜੁਲਾਈ ਨੂੰ 2 ਵਜੇ ਮੁੱਖ ਮੰਤਰੀ ਜੀ ਔਨਲਾਈਨ ਉਦਘਾਟਨ ਕਰਨਗੇ, ਵਰਚੁਅਲ ਉਦਘਾਟਨ ਕਰਨਗੇ ਕਰੋਨਾ ਦੀ ਸਮੱਸਿਆ ਕਰਕੇ। ਵੈਸੇ ਤਾਂ ਉਹ ਇੱਥੇ ਆਉਣਾ ਵੀ ਸੀ, ਅਸੀਂ ਬੇਨਤੀ ਕਰਦੇ ਉਹਨਾਂ ਨੇ ਆ ਵੀ ਜਾਣਾ ਸੀ, ਪਰ ਕਰੋਨਾ ਕਰਕੇ ਸਾਰੇ ਜਿਹੜੇ ਸਮਾਗਮ ਅੱਜ ਕੱਲ੍ਹ ਨੇ ਉਹ ਔਨਲਾਈਨ ਹੀ ਕੀਤੇ ਜਾ ਰਹੇ। ਇਸ ਲਈ ਮੁੱਖ ਮੰਤਰੀ ਸਾਹਿਬ ਇਲਾਕੇ ਨੂੰ ਕਿੰਨਾ ਫਾਇਦਾ ਹੋਗਾ ਜਦੋਂ ਇੱਕ ਛਤਰੀ ਥੱਲੇ ਇਕੱਠੇ ਹੋ ਰਹੇ ਨੇ, ਇੱਥੇ ਇੱਕ ਤਰ੍ਹਾਂ ਡਾਇਰੈਕਟਰ ਬੈਠੇ ਨੇ, ਇਲਾਕੇ ਨੂੰ ਬੱਚਿਆਂ ਨੂੰ ਕਿੰਨਾ ਫਾਇਦਾ ਹੋ ਗਿਆ? ਇਸ ਨਾਲ ਬਹੁਤ ਸਾਰੀਆਂ ਯੋਜਨਾਵਾਂ ਹੋਰ ਜੋੜੀਆਂ ਗਈਆਂ ਨੇ, ਬਹੁਤ ਸਾਰੇ ਜਿਹੜੇ ਆਪਣੇ ਪ੍ਰਾਂਤ ਦੇ ਪੱਧਰ 'ਤੇ, ਰਾਸ਼ਟਰੀ ਪੱਧਰ 'ਤੇ, ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਗਈਆਂ ਨੇ। ਹੁਣ ਪਹਿਲਾਂ ਤਾਂ ਉਹ ਛੋਟੇ ਛੋਟੇ ਸੈਂਟਰ ਸੀਗੇ ਅਤੇ ਹੁਣ ਉਹਨਾਂ ਨੂੰ ਬਹੁਤ ਮਜ਼ਬੂਤੀ ਪ੍ਰਦਾਨ ਕੀਤੀ ਗਈ ਹੈ। ਹੁਣ ਵੱਧ ਲੋਕਾਂ ਤੱਕ ਸਾਡੀ ਪਹੁੰਚ ਹੋਏਗੀ, ਵੱਧ ਵਿਦਿਆਰਥੀਆਂ ਤੱਕ ਅਸੀਂ ਪਹੁੰਚਾਂਗੇ, ਉਹਨਾਂ ਨੂੰ ਹੋਰ ਵੀ ਵਧੇਰੇ ਅੱਛੀ ਸਿੱਖਿਆ ਜਿਹੜੀ ਮਿਆਰੀ ਸਿੱਖਿਆ ਜਿਹੜੀ ਉਹ ਦਿੱਤੀ ਜਾਏਗੀ। ਗਰੀਬ ਬੱਚਿਆਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਏਗਾ, ਪੰਜਾਬੀ ਭਾਸ਼ਾ ਵਿੱਚ ਸਿੱਖਿਆ ਦੇਣ ਨੂੰ ਵਿਸ਼ੇਸ਼ ਧਿਆਨ ਦਿੱਤਾ ਜਾਏਗਾ, ਅਤੇ ਅਸੀਂ ਬਾਕੀ ਖੇਤੀਬਾੜੀ ਦੇ ਵਿੱਚ ਵੀ ਆਪਣੀ ਜਿਹੜੇ ਕਿਸਾਨਾਂ ਤੱਕ ਪਹੁੰਚਾਂਗੇ, ਪਿੰਡ ਪਿੰਡ ਪਹੁੰਚਾਂਗੇ, ਅਤੇ ਉਹਦੇ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਜਾ ਰਹੇ। ਕੱਲ੍ਹ ਤੋਂ ਬਾਅਦ ਅਸੀਂ ਤੁਹਾਨੂੰ ਉਹਨਾਂ ਬਾਰੇ ਦੱਸ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ। ਅੱਜ ਪੂਰੇ ਦਿਨ ਦੀ ਸਾਡੀ ਵਰਕਸ਼ਾਪ ਚੱਲ ਰਹੀ ਹੈ,
पूरे देश तो असी विद्वानों के नाल कर रहे हैं कि अगे सानू किस तरह के प्रोग्राम लैके चलने चाहिए ने। अज सवेर के 9 बजे तो वर्कशॉप शुरू हुई है तो शाम के 6 बजे तक ये वर्कशॉप चलती रहेगी। कोई 100 के करीब विद्वान ये हिस्सा ले रहे हैं तो 2 पैरल सैशन चल रहे हैं उस वर्कशॉप के। वर्कशॉप का मकसद भी डिवेलपमेंट करने कर हाँ सुचारू सानू विचार देंगे कि अगे असी होर सुचारू रूप में किस तरह कर सकी होर खेत्र इत्थे शुरू किए जाने जो कमियां चल रही सी कमियां नूं किदां दूर किया जाए।